ਵਿੱਚੇ ਮੇਰੀ ਵੀ ਗੱਲ ਸੁਣੋ, ਵਿੱਚੇ ਆਪਾਂ ਇਹੋ ਜਿਹਾ ਹੀ ਬਣਵਾਉਣਾ ਏ, ਸਾਈਡ ਪਰ ਲਾ ਕੇ ਦੇਖੀ ਕਿਹੋ ਜਿਹਾ ਲੱਗੂਗਾ। ਤਾਸ਼ ਦਾ ਪੱਤਾ ਪਾ ਦੂੰ, ਜਲੂਸ ਹੈ, ਜਲੂਸ ਆਉਣਾ ਲਾ ਕੇ ਦਿਖਾਈ। ਫਿਰ ਇੱਕ ਨੇਪਾਲ ਦਾ ਵੀ ਪਿਆ, ਨੇਪਾਲੀ ਬੁਲਟ ਬਣਾ ਦਈਏ ਉੱਥੇ ਪਿਆ ਦੇਖੀ। ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਅਤੇ ਘੱਟੋ ਘੱਟ ਬਾਈ 10-15 ਦਿਨ ਹੋ ਚੱਲੇ, ਠੀਕ ਹੈ, ਵਲੌਗ ਸਟਾਰਟ ਕਰੇ ਨੂੰ ਵਲੌਗ ਬਣਾਉਣੇ ਨੂੰ, ਮਤਲਬ ਕਿ 10-15 ਦਿਨ ਹੋ ਗਏ ਵਲੌਗ ਬਣਿਆ ਨਹੀਂ ਤਾਂ ਹੈਗਾ, ਠੀਕ ਹੈ। ਉਹ ਗੱਲਬਾਤ ਜੀ ਹੋ ਗਈ ਸੀ ਕੋਈ, ਤਾਂ ਕਰਕੇ ਛੱਡਤਾ। ਫਿਰ ਆਏ ਬੰਦੇ ਦੀ ਹੋ ਗਈ ਸੀ ਲੜਾਈ ਹੋ ਗਈ ਸੀ। ਹੁਣ ਆਵੇ ਕਮੈਂਟ ਕਰਕੇ ਦੱਸ ਦਿਓ ਖਾਧੀਆਂ ਕਿਆ ਖਾਈਆਂ ਏ। ਅਤੇ ਬਾਕੀ ਆਹ ਮੋਟਰਸਾਈਕਲ ਕੱਢਣ ਲੱਗਿਆ ਬਾਈ, ਹੁਣ ਅਸੀਂ 10-15 ਦਿਨਾਂ ਬਾਅਦ ਮੈਂ ਹੁਣ ਇਹਨਾਂ ਨੂੰ ਤੇਲ ਜਾ ਦੇ ਕੇ ਹਟਿਆ, ਠੀਕ ਹੈ, ਇਹਦੀ ਚੈਨ ਨੂੰ, ਕਿਉਂਕਿ ਜਮੀ ਜੰਗ ਜੀ ਲੱਗੀ ਹੋਈ ਆ। ਦੇਖ ਹੁਣ ਵੀ ਚੋਰੀ ਹੈ, ਡੀਜ਼ਲ ਨਾਲ ਧੋਤੀ ਹੈ। ਮੈਂ ਕਿਹਾ ਚੈਨ ਸੈੱਟ ਨਾ ਲੰਘ ਜਾਵੇ ਕਿਤੇ, ਨਹੀਂ ਚੈਨ ਸੈੱਟ ਚੁੱਟ ਜਾਵੇ ਜੇ ਕੰਮ। ਉਹ ਕਹਿੰਦੇ ਆ ਦੇਖ ਇੱਥੇ ਵੀ ਜੰਗ ਲੱਗੀ, ਉਰੇ ਵੀ ਲੱਗਣ ਲੱਗ ਗਈ, ਇੱਥੇ ਵੀ ਲੱਗਣ ਲੱਗ ਗਈ, ਇੱਧਰ ਵੀ ਲੱਗਣ ਲੱਗ ਗਈ। ਹੈਪੀ ਲੈ ਜੀ ਮਾੜਾ ਤੇਲ ਚੱਕ ਕੇ ਉਂਗਲ ਲਾਏ ਦੇ, ਤੇਲ ਦੀ ਆਹੀ ਲਿਆ ਆਹ ਜਿਹੜਾ ਪਿਆ ਏ, ਹਾਂ ਇਹ ਲਿਆ ਮਾੜਾ ਜਿਹਾ। ਡੀਜ਼ਲ ਵੀ ਲਿਆਈ, ਜਿੱਥੇ ਇੱਥੇ ਜੰਗ ਦਿਖਦੀ ਨਾ ਉੱਥੇ ਲਾ ਦੇ ਯਾਰ ਕਾਹ ਨੂੰ, ਫਿਰ ਇਹ ਬੁਲਟਾ ਪਿਆਰਾ ਕੰਮ ਹੈ ਇਹ। 15 ਦਿਨ ਹੋ ਗਏ, ਮੀਂਹ ਉੱਪਰ ਤੇ ਮੀਂਹ ਪਈ ਜਾਂਦੇ ਆ ਮਾੜੀ ਉਂਗ, ਇਹਦੇ ਨਾਲ ਐਂ ਕਰਕੇ ਪਹਿਲਾਂ ਡੀਜ਼ਲ ਦੀ ਉਹ ਲਾ ਦੇ, ਐਂ ਕਰਕੇ ਮਾਰ ਦੇ, ਹਾਂ ਫਿਰ ਜੰਗ ਨਹੀਂ ਲੱਗੂਗੀ। ਹੁਣ ਇਹਨੂੰ ਡੀਜ਼ਲ ਮਾੜੀ ਉਂਗਲ ਲਾ ਦੀ, ਠੀਕ ਹੈ, ਹੁਣ ਤੇਲ ਨਾਲ। ਬਾਕੀ ਕਿਆ ਹੱਦਾਂ, ਅਤੇ ਬਾਈ ਕਹਿੰਦੇ ਅੱਜ ਵੀ ਮੀਂਹ ਪੂਰਾ ਪੈ ਕੇ ਹਟਿਆ, ਠੀਕ ਹੈ, ਵਾਛੜ ਵੁੱਛੜ ਪੈਂਦੀ ਰਹਿੰਦੀ ਆ, ਉਹ ਉੱਥੇ ਵੀ ਵਾਛੜ ਪਈ ਜਾਂਦੀ ਆ, ਇੱਧਰ ਵੀ ਪਈ ਜਾਂਦੀ, ਫਿਰ ਤਾਂ ਕਰਕੇ ਜਿੱਥੇ ਇੱਥੇ ਨਾ ਤੈਨੂੰ ਜੰਗ ਜੀ ਲੱਗਦੀ ਮਾੜੀ ਮਾਰਦੇ ਯਾਰ ਉੱਥੇ, ਬਸ ਬਹੁਤੀ ਨਾ ਲਈ ਆ ਪੀ, ਉਹ ਰਹਿਣ ਦੇ ਹੋਰ ਤਾਂ ਲੋੜ ਨਹੀਂ ਹੈ। ਇਹ ਤਾਂ ਗਿਆ ਬੈਂਡ, ਹੁਣ ਨਵਾਂ ਪਊਗਾ, ਖਰਚਾ ਕਰਾਊਗਾ, ਹੁਣ ਇਹ ਖਰਚਾ ਕਰਾਊਗਾ। ਬੈਂਡ ਮਿਲਦੇ ਵੀ ਨਹੀਂ ਹੈਗੇ ਐਵੇਂ, ਮਾੜਾ ਕੱਪੜਾ ਮਾਰਦੀ ਇਹਦੇ ਪਰ, ਐਵੇਂ ਨਾ ਰੱਖ ਕੇ ਕੱਪੜਾ ਮਾਰਦੀ ਇਹਦੇ, ਬਸ ਬਹੁਤ ਹੈ ਤੇਲ ਤਾਂ ਬਹੁਤ ਲਾਤੇ ਆ, ਇੰਨਾ ਕਿਆ ਕਰਨਾ ਹੋਰ ਕਿਆ। ਉਹ ਸੱਚ ਆਪਾਂ ਨੇ ਉਹ ਵੀ ਤਾਂ ਪਵਾਉਣੀ ਸੀ ਇਹਦੇ, ਉਹ ਕਿਆ ਕਹਿੰਦੇ ਟੈਂਕੀ ਵੀ ਤਾਂ ਕਰਾਉਣੀ ਸੀ ਯਾਰ। ਦੇਖ ਟੈਂਕੀ ਵੀ ਉੱਧਰ ਚੱਲੀ ਹੋ ਚੱਲੀ ਖਰਾਬ ਜੀ ਆਹ, ਠੀਕ ਹੈ, ਇਹ ਕਿਸੇ ਦੇ ਕਾਰਨਾਮੇ ਕੀ ਦੇ ਕਾਰਨਾਮੇ ਤਾਂ ਅੱਧੀ ਐਂ ਕਰਕੇ ਪੱਟੀ ਦੀ। ਮੈਂ ਕਿਹਾ ਚੱਲ ਕੋਈ ਨੀ ਪਟਾ ਦੇ। ਵੈਸੇ ਨਾ ਹੁਣ ਹੁਣ ਪਤਾ ਕਿਆ ਕਰਨਾ, ਸਾਰੀ ਪਰੇ ਕਰਵਾ ਲੈਣਾ ਆਪਾਂ ਨੇ ਟੇਪ, ਸਾਰੀ ਪਰੇ ਆ ਦੇਖੋ ਨਹੀਂ ਐਵੇਂ ਉਤਰਨ ਲੱਗ ਜਾਂਦੀ ਹੈ ਇਹ, ਜਦ ਕੋਈ ਬੈਡ ਦਾ ਪੈਂਟ ਪੁੰਟ ਲੱਗਦੀ ਐਵੇਂ ਉਤਰ ਜਾਂਦੀ ਹੈ, ਤਾਰਦੇ ਫਿਰ ਇਹਨੂੰ ਸਲੀ ਨੂੰ। ਗਾਈਸ ਉਹ ਯਾਰ ਚਿਪ ਚਿਪ ਕਰਨ ਲੱਗ ਗਈ ਆ ਤਾਂ, ਹੈਂ ਇਹ ਚਿਪ ਚਿਪ ਕਰਨ ਲੱਗ ਗਈ, ਮੈਨੂੰ ਲੱਗਦਾ ਕਿਤੇ ਉਹੀ ਕੰਮ ਨਾ ਹੋ ਜਾਵੇ, ਟੈਂਕੀ ਖਰਾਬ ਕਰ ਦੇਵੇ, ਉਹ ਸਟਿੱਕਰ ਖਰਾਬ ਹੋਣਾ ਹੈਪੀ, ਸਟਿੱਕਰ ਖਰਾਬ ਹੋਣਾ ਬਈ ਇਹਦਾ, ਮੈਨੂੰ ਲੱਗਦਾ ਹੋ ਗਿਆ ਖਰਾਬ ਜਦ ਆਪਾਂ ਨੇ ਇਹਦੇ। ਪਰ ਮੇਰੀ ਗੱਲ ਸੁਣ, ਪੈਟਰੋਲ ਦਾ ਲੀਰ ਮਾਰਨੀ, ਸਟਿੱਕਰ ਦਾ ਰੰਗ ਨਹੀਂ ਉਤਰੂਗਾ, ਫਿਰ ਪਤਾ ਕਰਵਾਉਣਾ, ਫਿਰ ਆਪਾਂ ਉਹਦੇ ਕੁਛ ਹੋਰ ਚੀਜ਼ ਲਿਖਵਾਉਣੀ, ਘੋੜਾ ਘੂੜਾ ਬਣਵਾ ਦੇਣਾ ਇੱਥੇ, ਘੋੜਾ ਘੂੜਾ ਬਣਵਾ ਦੇਣਾ ਤੇ ਖਰਚਾ ਕਰਾਊਗਾ, ਜੇਬ ਹਿਲਾਊਗਾ, 200-300 ਰੁਪਿਆ ਜੇਬ ਚੋਂ ਕਢਵਾਊਗਾ, 200-300 ਚੱਲ ਕੋਈ ਨੀ ਆ, ਇਹਦੇ ਸਿਰ ਪਰੇ ਆ ਬਾਈ ਯੂਟਿਊਬ ਦਾ ਚੈਨਲ, ਸਾਡਾ ਮੂੰਹ ਤਾਂ ਹੈ ਵੀ ਨਹੀਂ ਨਾ। ਉਹ ਯਾਰ ਦੇਖ ਇੱਥੇ ਤੇ ਖਰਾਬ ਹੋ ਰਿਹਾ, ਤਾਰ ਦਿੰਦੇ ਆ ਫਿਰ, ਐਂ ਕਰ ਖੜ ਜਾ ਇੱਕ ਮਿੰਟ, ਉਹ ਖੜ ਜਾ ਪੁੱਛੋ, ਦੇਖ ਲੈ ਮੈਂ ਕੱਲੂ ਜਾਣਾ ਤਾਂ ਨਹੀਂ ਕਿਤੇ, ਕਿਤੇ ਕੱਲੂ ਜਾਣਾ ਤਾਂ ਨਹੀਂ, ਕਿਤੇ ਕੱਲੂ ਜਾਣਾ ਪੈ ਜਾਵੇ, ਖੜ ਜਾਓ ਬਾਈ, ਸਲਾਹ ਜੀ ਕਰ ਲਈਏ, ਕਿਉਂਕਿ ਕੱਲੂ ਮੈਨੂੰ ਲੱਗਦਾ ਜਾਣਾ ਪੈਣਾ ਮੈਨੂੰ।
ਤੇ ਬਾਈ ਅਸੀਂ ਇੱਕ ਹੋਰ ਸਲਾਹ ਸੋਚੀ ਵੀ ਹੁਣ ਚੱਲ ਸਾਡੀ ਟੇਪ ਤਾਰਦੇ ਟਾਈਮ ਤਾਂ ਮਤਲਬ ਕਿ ਖਰਾਬ ਹੋ ਜਾਣਾ ਸਟਿੱਕਰ ਨੇ, ਠੀਕ ਹੈ, ਤੇ ਹੁਣ ਜਿੱਥੇ ਰੋਇਲ ਇਨਫੀਲਡ ਲਿਖਿਆ ਵਾ ਡਾਲਰ ਲਿਖਿਆ, ਲਾ ਕੇ ਦੇਖੀਏ ਵੀ ਕਿਵੇਂ ਦਾ ਲੱਗਦਾ ਹੈ। ਯੂਨੀਕ ਜਿਹੀ ਚੀਜ਼ ਥੋੜ੍ਹੀ ਜੀ ਹਨਾ, ਵੀ ਸਾਲੀ ਥੋੜ੍ਹੀ ਯੂਨੀਕ ਜਿਹੀ ਚੀਜ਼, ਕਿਉਂਕਿ ਰੋਇਲ ਇਨਫੀਲਡ ਹਰੇਕ ਬੁਲਟ ਤੇ, ਇਹ ਕਿਹੜਾ ਬੁਲਟ ਹੈ ਨਾਲੇ ਨਾ ਨਾ ਆਪਾਂ ਨੇ ਵਧੀਆ, ਮੈਂ ਡਾਲਰ ਲੈ ਕੇ ਆਇਆ, ਠੀਕ ਹੈ, ਡਾਲਰ ਇੱਕ ਸਾਈਡ ਪਰ ਲਾ ਕੇ ਦੇਖਦੇ ਆ, ਦੇਖਦੇ ਕਿਵੇਂ ਦਾ ਬਣਦਾ। ਡਾਲਰ 20 ਰੁਪਏ ਦਾ ਤਾਂ ਉਹ 10 ਦਾ ਨਹੀਂ ਤਾਂ ਹੈਗਾ ਭਾਈ, ਤਾਂ ਹੋਰ ਵੀ ਵਾਧੂ ਹੈ। ਪਰ ਵਿੱਚ ਮੇਰੀ ਗੱਲ ਸੁਣ, ਵਿੱਚ ਆਪਾਂ ਇਹੋ ਜਿਹਾ ਬਣਵਾਉਣਾ ਹੈ, ਸਾਈਡ ਪਰ ਲਾ ਕੇ ਦੇਖੀ ਕਿਹੋ ਜਿਹਾ ਲੱਗੂਗਾ, ਜਲੂਸ ਹੈ, ਜਲੂਸ ਹੈ ਨਾ, ਲਾ ਕੇ ਦਿਖਾਈ। ਫਿਰ ਇੱਕ ਨੇਪਾਲ ਦਾ ਵੀ ਪਿਆ, ਨੇਪਾਲੀ ਬੁਲਟ ਬਣਾ ਦਈਏ ਉੱਥੇ ਪਿਆ, ਦੇਖੀ ਆਹ ਦੇਖ, ਇੱਕ ਆਪਣੇ ਵਾਲਾ ਗਾਂਧੀ ਫਿਰਦਾ ਹਾ, ਆਹ ਦੇਖ ਆ ਰਿਹਾ ਪੀ ਓ ਨੇਪਾਲ ਦਾ, ਆਹ ਦੇਖ ਆਹ ਦੇਖ ਤਾਸ਼ ਦਾ ਪੱਤਾ ਪਾ ਦੂ, ਆਹ ਦੇਖੋ ਆਹ ਦੇਖ ਖੜੀ ਕੁਣ ਛੱਡੀ, ਆਹ ਦੇਖ ਆਹ ਕਰਾ ਕੇ ਉੱਪਰ ਸਮੋਕੀ ਕਰਾ ਦੂੰਗੇ, ਜਲੂਸ ਹੈ, ਆਹ ਦੇਖ ਆਹ ਮੈਚ ਕਰ ਗਿਆ ਪਾਕਿਸਤਾਨੀ, ਐਵੇਂ ਹੈ। ਮੈਂ ਪਤਾ ਕਿਆ ਸੋਚਦਾ ਤਾ, ਮੈਂ ਕਿਹਾ ਜਿਵੇਂ ਡਾਲਰ ਹੈ ਨਾ, ਵੀ ਇੱਕ ਅੱਧਾ ਸਾਰਾ ਕੁਛ ਪਟਵਾ ਕੇ ਨਾ ਇੱਕ ਐਂ ਜਿਹਾ ਰਖਵਾ ਦੇਣਾ, ਇੱਕ ਐਂ ਜਿਹਾ ਰਖਵਾ ਲੈਣਾ, ਇੱਕ ਐਂ ਜਿਹਾ ਰਖਵਾ ਲੈਣਾ, ਠੀਕ ਨੀ, ਉਹ ਵੈਸੇ ਹੈਪੀ ਜਚੂਗਾ ਪੂਰਾ ਕੰਮ ਹਨਾ, ਪੁੱਛ ਕਹੀਏ ਉਹਨੂੰ। ਜੇ ਤਾਂ ਯਾਰ ਦੁਕਾਨ ਖੁੱਲੀ ਹੋਈ, ਕਿਉਂਕਿ ਬਾਈ ਸ਼ਾਮ ਹੋ ਗਈ, ਠੀਕ ਹੈ, ਸ਼ਾਮ ਨੂੰ ਟੇਪ ਟੂਪ ਜੀ ਘੱਟੇ ਕਰਦੇ ਆ, ਇਹ ਘੱਟ ਤਾਂ ਕਰਦੇ ਆ ਵੀ ਧੁੱਪ 'ਚ ਮਤਲਬ ਕਿ ਪ੍ਰੋਪਰ ਹੋ ਜਾਂਦੀ ਆ ਵਧੀਆ। ਇੱਕ ਵਾਰ ਜਾ ਕੇ ਪੁੱਛ ਆਉਂਦੇ ਹਾਂ ਵੀ ਇਹ ਜਵਾਬ ਦੇ, ਤਾਂ 90% ਦਾ ਜਵਾਬ ਹੈ ਅਤੇ 10% ਬਾਕੀ ਸਾਡੀ ਕਿਸਮਤ ਹੈ ਵੀ ਜੇ ਉਹਨੇ ਕਰਤੀ। ਚੱਲੀਏ ਆਹ ਸਮਾਨ ਚੱਕ ਦੀ। ਅਤੇ ਬਾਈ ਜੀ ਗੱਲ ਹੁਣ ਐਵੇਂ ਹੋਈ ਹੈ ਵੀ ਅਸੀਂ ਟੇਪ ਤਾਂ ਇਹਨੂੰ ਕਰਵਾਉਣੀ ਸੀ ਮੇਰੇ ਵਾਲੇ ਬੁਲਟ ਨੂੰ, ਠੀਕ ਹੈ, ਉਹ ਫਿਰ ਹੁਣ ਉਹਦੇ ਕੋਲ ਟੇਪ ਹੈ ਨਹੀਂ, ਮੁੰਡੇ ਕੋਲ ਸਮੋਕੀ ਟੇਪ ਹੈ ਨਹੀਂ, ਅਤੇ ਫਿਰ ਮੈਂ ਸੋਚਿਆ ਆਹ ਮੇਰਾ ਚਾਚੇ ਦਾ ਮੁੰਡਾ ਕਹਿੰਦਾ ਵੀ ਮੈਂ ਆਪਣੇ ਮੋਟਰਸਾਈਕਲ ਵੀ ਕਰਵਾਉਣੀ ਸੀ, ਮਤਲਬ ਕਿ ਟੇਪ ਨਹੀਂ ਸੀ ਕਰਵਾਉਣੀ, ਉਹਨੇ ਬਣਵਾਉਣਾ ਤਾਂ ਸਟਿੱਕਰ ਵੀ ਬਣਵਾਉਣਾ ਤਾਂ ਉਹਦਾ ਸਿੱਧੂ ਮੂਸੇ ਵਾਲੇ ਦਾ, ਠੀਕ ਹੈ, ਅਤੇ ਉਹ ਜਿਹੜਾ ਸਾਈਡ ਵਾਲਾ ਟਾਪਾ ਨਹੀਂ ਹੁੰਦਾ ਹੈਗਾ, ਇੱਕ ਤਾਂ ਬੈਟਰੀ ਵਾਲਾ ਟਾਪਾ ਹੋਊ, ਇੱਕ ਦੂਸਰਾ ਟਾਪਾ ਹੁੰਦਾ ਜਿਹਦੇ ਵਿੱਚ ਫਿਲਟਰ ਫਲਟਰ ਜਿਹੇ ਹੁੰਦੇ ਆ, ਉਹਦੇ 'ਤੇ ਬਣਵਾਉਣੀ ਸੀਗਾ, ਛੇਤੀ ਲਿਆ ਦੂ ਤਾਂ ਫਿਰ ਹਨੇਰਾ ਹੋ ਜਾਣਾ ਨਹੀਂ, ਫਿਰ ਉਹਨੇ ਜਵਾਬ ਦੇ ਜਾਣਾ ਇਹਨੂੰ ਵੀ, ਠੀਕ ਨਹੀਂ, ਬਾਕੀ ਫਿਰ ਚੱਲਦੇ ਹਾਂ ਪਹਿਲਾਂ ਇਹਨੂੰ, ਪਹਿਲਾਂ ਉਹਦੇ ਵਾਲੇ ਨੂੰ ਕਰਵਾ ਲਈਏ ਫਿਰ, ਠੀਕ ਹੈ, ਮੇਰੇ ਵਾਲੇ ਨੂੰ ਇੱਕ ਅੱਧੇ ਦਿਨ ਬਾਅਦ 'ਚ ਕਰਵਾ ਲਿਆਂਗੇ ਜਦੋਂ ਸਮੋਕੀ ਟੇਪ ਆ ਜੂਗੀ ਉਹਦੇ ਕੋਲ, ਕਿਉਂਕਿ ਟੈਂਕੀ ਨੂੰ ਕਰਵਾਉਣੀ ਸੀ ਨਾ ਮੈਂ ਟੇਪ, ਇਹਨੂੰ ਜ਼ਿਆਦਾ ਲੱਗਦੀ, ਉਹਦੇ ਕੋਲ ਟੇਪ ਇੰਨੀ ਹੈ ਨਹੀਂ ਸੀ, ਇਹਨੂੰ ਮਤਲਬ ਕਿ ਟੇਪ ਤੁਹਾਨੂੰ ਪਤਾ ਹੀ ਆ ਹੋਣਾ, ਇੰਨਾ ਕੁ ਦਿਮਾਗ ਹੈਗਾ ਹੀ ਤੁਹਾਡਾ ਵੀ ਟੇਪ ਜ਼ਿਆਦਾ ਲੱਗਣੀ ਇਹਨੂੰ, ਉਹਨੂੰ ਘੱਟ ਲੱਗਣੀ ਹੈ, ਠੀਕ ਹੈ, ਉਹਦੇ ਕੋਲ ਹੋਊਗੀ, ਅਤੇ ਆਪਾਂ ਫਿਰ ਇਹਨੇ ਮਤਲਬ ਕਿ ਹੋਰ ਵੀ ਕੰਸੈਪਟ ਮਤਲਬ ਕਿ ਨਵਾਂ ਆਈਡੀਆ ਆ ਜਾਂਦਾ ਦਿਮਾਗ ਦੇ ਵਿੱਚ, ਹੈ ਨਾ, ਅਤੇ ਫਿਰ ਵੈਸੇ ਡਾਲਰ ਹੀ ਬਣਵਾਉਂਗੇ, ਸਟਿੱਕਰ ਸਟੱਕਰ ਵੀ ਬਾਈ ਸਾਈਡ ਵਾਲੇ ਖਰਾਬ ਹੋ ਚੱਲੇ ਇਹਦੇ, ਉਹ ਵੀ ਸੋਚ ਰਿਹਾ ਵੀ ਨਵੇਂ ਬੁਲਟ ਵਾਲੇ ਬਣਵਾ ਦਈਏ, ਠੀਕ ਹੈ, ਬਾਕੀ ਚੱਲਦੇ ਹਾਂ ਵੀ ਇਹਨੇ ਆਪਾਂ ਹੁਣ ਟੇਪ ਕਰਵਾਉਣ, ਅਤੇ ਮਿਲਦੇ ਹਾਂ ਫਿਰ, ਠੀਕ ਹੈ। ਲੋਕ ਪੁੱਛਦੇ ਤਾਂ ਬਾਈ ਵੀ ਉਹਦਾ ਤੁਹਾਡੇ ਕੁੱਤੇ ਦਾ ਕਿਆ ਹਾਲ ਹੈ, ਠੀਕ ਹੈ, ਕੁੱਤਾ ਬਾਈ ਮੈਂ ਤੁਹਾਨੂੰ ਦੱਸ ਦਵਾਂ ਪਹਿਲਾਂ ਨਾਲੋਂ ਬੈਸਟ ਹੈ, ਜਿਵੇਂ ਬੈਸਟ ਆ, ਇਹਦੀ ਉਮਰ ਬਾਈ 17-18 ਸਾਲ ਦੀ ਹੋ ਚੱਲੀ, ਠੀਕ ਹੈ, ਹੁਣ ਵਿਚਾਰੀ ਦੁਖੀ ਹੈ, ਦੁਖੀ ਤਾਂ ਚੱਲ ਹੋਣ ਨਹੀਂ ਦਈਦਾ, ਫਿਰ ਵੀ ਤਕਲੀਫ 'ਚ ਹੈ ਤੀ ਪਹਿਲਾਂ ਇਹ, ਅਤੇ ਇਹਦੇ ਕੰਨ ਕੁੰਨ ਨੂੰ ਅਸੀਂ ਸਪਰੇਆ ਦਿਓ, ਹਜੇ ਵੀ ਗੁਰਕੀ ਜਾਂਦੀ ਹੈ, ਮਤਲਬ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਵਾਰ ਬਾਈ, ਜੇ ਕੁੱਤੇ ਦੀ ਗਰਦਨ ਦੇ ਵਿੱਚ ਕੀੜੇ ਪੈਣੇ ਸ਼ੁਰੂ ਹੋ ਜਾਵੇ ਨਾ, ਸਮਝੋ ਕੁੱਤੇ ਦਾ ਐਂਡ ਆ ਗਿਆ, ਪਰ ਇਹਦਾ ਐਂਡ ਅਸੀਂ ਆਉਣ ਨਹੀਂ ਦੇਣਾ ਹੈਗਾ, ਠੀਕ ਹੈ, ਹੁਣ ਵੈਸੇ ਠੀਕ ਕਰਤੀ, ਆਇਓ ਇਹਨੂੰ ਪਤਾ ਵੀ ਸਪਰੇ ਮੇਰ ਫੇਰ ਦੂਗਾ ਤਾਂ ਹੀ ਭੱਜ ਜਾਂਦੀ ਹੈ ਇਹ ਕੋਲ 'ਤੇ ਬਾਕੀ ਬਾਈ ਇਹਨੂੰ ਕੱਲ੍ਹ ਨੂੰ ਕਰਵਾਉਂਗੇ, ਠੀਕ ਆ, ਆਪਾਂ ਇੰਨੇ ਆਪਾਂ ਫਿਲਹਾਲ ਇੱਕ ਚੀਜ਼ ਨਹੀਂ ਹੋਈ, ਦੂਸਰੀ ਚੀਜ਼ ਕਰਵਾ ਲਈਏ, ਅਤੇ ਬਾਅਦ ਤੁਹਾਨੂੰ ਫਿਰ ਹੁਣ ਕਿਆ ਦੱਸੀਏ, ਹੁਣ ਚੱਲਦੇ ਹਾਂ, ਠੀਕ ਹੈ, ਹੁਣ ਕਹਿੰਦੇ ਮਿੱਤਰੋ ਮੌਸਮ ਪੂਰਾ ਵਾਗੋ ਵਾਗੀ ਹੋਇਆ ਪਿਆ, ਵਾਗੋ ਵਾਗੀ, ਆ ਦੇਖੋ ਚੀਰੀ ਸਾਰੀ ਹੋ ਗਿਰ ਗਈ, ਤੇ ਕਹਿੰਦੇ ਹੁਣ ਮੈਨੂੰ ਦੱਸ ਕਿਹਦੇ ਕਰਵਾਉਣੀ ਹੈ ਟੈਂਕੀ ਟੂੰਕੀ, ਪਰ ਰਹਿਣ ਦੇ ਉਹਨੂੰ ਅਸੀਂ ਰੱਖ ਟੈਂਕੀ ਪਾ ਕਰਾ ਲੈ, ਛੱਡ ਰਹਿਣ ਟੈਂਕੀ ਦੇ ਵਿੱਚ, ਉਹ ਮੈਟ ਕਰਾ ਦਿੰਦੇ ਅੱਜ, ਚੱਲ ਹਾਂ ਸੈਂਟਰ 'ਚ, ਹਾਂ ਮੈਟ ਕਰਾ ਦਿੰਦੇ,
ਮੇਰੀ ਗੱਲ ਸੁਣੀ, ਗੱਲ ਸੁਣੀ, ਮੇਰੀ ਗੱਲ ਸੁਣੀ, ਧਿਆਨ ਰੱਖੀ ਫੋਨ ਖੋ ਕੇ, ਅੱਜ ਕੱਲ ਬਹੁਤ ਲੈ ਜਾਂਦੇ ਆ, ਬੁਲਟ ਪਿੱਛੇ ਲਾ ਲੈਣਾ ਜੀ, ਬੁਲਟ ਨਹੀਂ ਸੈਂਟਰ 'ਚ ਕਰਵਾਉਣੀ ਹੈ, ਸੈਂਟਰ 'ਚ ਮੈਟ ਕਰਾ ਦਿੰਦੇ ਆ। ਬਾਈ ਤੇਰਾ ਬੁਲਟ ਤਾਂ ਲਿਬੜੂਗਾ ਜਦੋਂ ਤੈਨੂੰ ਸੱਚੀ ਗੱਲ ਦੱਸਾਂ, ਮੈਂ ਫੇਰ ਵੀ ਧਿਆਨ ਨਾਲ ਕੱਢੂਗਾ, ਫੇਰ ਵੀ ਧਿਆਨ ਨਾਲ ਕੱਢੂਗਾ। ਇੱਕ ਗੱਲ ਤਾਂ ਹੈ ਬਾਈ, ਜਦ ਬੁਲਟ ਤੋਂ ਐਵਾ ਹੁੰਦਾ ਨਾ, ਸਾਲਾ ਜੀ ਨੀ ਕਰਦਾ ਬਾਹਰ ਕੱਢਣ ਦਾ, ਹਨਾ ਐ ਪੱਥਰ ਰੱਖਣਾ ਪੈਂਦਾ ਦਿਲ ਭਰਾ ਦੇਗਾ, ਤਾਂ ਧੋਲੀ ਕਾਲੂ ਫੇਰ ਜਿਹੜਾ ਪਾਣੀ ਮੁੱਕ ਚੱਲਿਆ। ਉਹ ਮੈਂ ਕਹਿੰਦਾ ਇਹੀ ਬਣਵਾ ਮੂਸੇ ਵਾਲੇ ਵਰਗੀ ਹੈਪੀ ਹੋਈ ਓ ਐ ਮੇਰੀ ਜਾਂ ਆਪਣੀ ਬਣਵਾ ਲੈ ਯਾਰ, ਹੋਰ ਆਪਣੀ ਬਣਵਾ ਲੈ, ਜਾਂ ਫਿਰ ਉਹ ਦੇਖ ਪੰਜਾਬ ਵਰਗੀ ਪਈ, ਪੰਜਾਬ ਦੀ ਉਹ ਦੇਖ ਪਿੱਛੇ, ਪੰਜਾਬ ਦੀ, ਪੰਜਾਬ ਸੰਤ ਭਿੰਡਰਾਣੇ ਦੀ ਫੋਟੋ ਦੇ ਨਾਲ ਦੇਖ ਪੰਜਾਬ ਦੀ, ਛੋਟਾ ਬਣਵਾ ਲਿਆ ਮੈਂ ਕਹਿੰਦਾ ਸੈਂਟਰ ਦੇ ਵਿੱਚ ਜਚੂਗਾ। ਮੇਰੀ ਇੱਥੇ ਆ ਕੇ ਬਾਈ ਸਲਾਹ ਜੀ ਚੇਂਜ ਹੋ ਗਈ, ਇਹ ਜੀ ਤੂੰ ਦਿਖਾ ਦੇ ਬਾਕੀ ਕਿਹੜੀ ਬਣਾਉਣੀ ਹੈ, ਵੀ ਐਵੇਂ ਦੀ ਉਤਾਰੀ ਮਾੜੀ ਹੈ ਵੀ ਉਤਾਰ ਕੇ ਦਿਖਾ ਦੇ ਇੱਕ ਵਾਰ, ਐਵੇਂ ਦੀ ਨਾ ਯਾਰ ਲਾਈਟ ਕਿਵੇਂ ਆਊਗੀ ਮੇਰੇ ਵਾਲੀ ਸੈੱਟ, ਫਿਰ ਗਲੀਆਂ ਕੱਢਣੀਆਂ ਪੈਣੀਆਂ ਇਹਦੇ ਵਿੱਚ, ਉੱਪਰ ਆਉਂਦੀ ਐ ਮੈਂ ਗਲੀਆਂ ਕੱਢਣੀਆਂ ਪੈਣੀਆਂ ਯਾਰ ਇਹਦੇ ਵਿੱਚ ਨੂੰ, ਅਸੀਂ ਬਣਵਾ ਲਈਏ ਦੇਖ ਯਾਰ, ਤਾਂ ਇੱਕ ਆ ਚੀਜ਼ ਦੇਖੀ ਜੇ ਮੈਂ, ਸੇਮ ਤਾਂ ਹੈਗੀ ਐ ਆ ਚੀਜ਼ ਐ ਜਾਈ, ਇੱਕ ਮਿੰਟ ਤੁਹਾਨੂੰ ਕੈਂਡ ਦਿਖਾਉਣਾ ਸਾਤੇ, ਇਹ ਵੀ ਵਧੀਆ ਯਾਰ, ਇਹ ਵੀ ਬਣਵਾ ਲੈਂਦੇ ਆ, ਰੱਖ ਦੇ ਉੱਥੇ ਰੱਖੀ, ਉਹ ਨਾ ਬਾਈ ਇਹਦਾ ਚਲਾਨ ਹੈ ਨੰਬਰ ਦਾ, ਉਹ ਸਲਿਆ ਦੇਖੀ ਨੰਬਰ ਹੀ ਨਹੀਂ ਦਿਖਦਾ, ਆ ਦੇਖ ਇਹਦੇ ਉੱਪਰ ਤਾਂ ਆਪਾਂ ਦੂਈ ਲਾ ਲੈਣੀ ਜਿਵੇਂ ਲੋਡ ਪਈ ਜਾ, ਲੋਡ ਦਾ ਗਲੀਆਂ ਕਢਾ ਲੈ, ਫਾਇਦਾ ਨਹੀਂ ਹੈਪੀ ਕੋਈ, ਤੁਹਾਨੂੰ ਦੱਸਿਆ ਆਪਾਂ ਨੇ ਫਸਣਾ ਵੀ ਜਾਰੀ, ਜ਼ਿਆਦਾ ਇਹ ਲੱਗੀ ਵੀ ਹੋਊਗੀ ਆਪਣੇ, ਜਦ ਫਸਣਾ ਆਪਾਂ ਨੇ ਜਦ ਇਹ ਲੱਗੀ ਹੋਊਗੀ, ਇਹਦਾ ਹਜੇ ਨੰਬਰ ਹੈ ਪੂਰਾ 42 'ਤੇ ਦਿਖਦਾ ਪਿੱਛੇ, 42 'ਤੇ ਦਿਖਦਾ ਤਾਂ ਹੈਗਾ ਨਾ ਪਿੱਛੇ ਪੂਰਾ, ਉਹ ਤਾਂ ਜਦ ਫਸਣਾ ਆਪਾਂ ਨੇ ਨਾ ਆਪਣੇ 'ਤੇ ਲੱਗਣੀ ਵੀ ਨਹੀਂ ਹੈਗੀ ਮੁਰੇ ਵਾਲੀ ਦੂਸਰੀ, ਡਿਟੇਲਿੰਗ ਵੀ ਕਰਾਤੀ ਇਹਦਾ ਸਾਲਾ ਦਿਮਾਗ, ਪਤਾ ਨਹੀਂ ਕਿਆ ਕੰਮ ਕਰਿਆ, ਚੌੜੀ ਕਰਵਾਤੀ ਪੱਟੀ, ਬਸ ਐਂ ਰੱਖ ਲੈਣਾ ਪੱਟੀ ਚੌੜੀ ਕਰਵਾਤੀ, ਉਰੇ ਪਤਲੀਆਂ ਪਤਲੀਆਂ ਲਾਈਨਾਂ ਜਾਂ ਹੁੰਦੀਆਂ ਐਵੇਂ ਦੀਆਂ, ਪੱਟੀ ਚੌੜੀ ਦਵਾ ਦੀ ਚੋ ਉੱਪਰ ਨੇ, ਉਹ ਐਵੇਂ ਨਵੇਂ ਬੁਲਟ ਦੀ ਟੈਂਕੀ ਵਰਗੀ ਨਹੀਂ ਲੱਗਦੀ ਇਹ, ਉਹਦੀ ਵੀ ਤਾਂ ਐਵੇਂ ਹੁੰਦੀ ਚੌੜੀ ਜਿਹੀ, ਇੱਕੇ ਪਲੇਟ ਆ ਉਹਦੀ, ਹਾਂ ਇੱਕੇ ਪੱਟੀ ਉਹਦੀ, ਮੈਨੂੰ ਤਾਂ ਉਵੇਂ ਦੀ ਲੱਗੀ ਯਾਰ, ਇੱਕ ਨਹੀਂ ਹੈ, ਹੈਗੀਆਂ ਹੈਗੀਆਂ ਭਾਵੇਂ ਇੱਕ ਦੋ ਆ, ਪਰ ਹੈਗੀ ਫੁੱਦੂ ਹੈ, ਆ ਖੋਲ ਲਾ ਤੇ ਬਾਈ ਟੇਪ ਦਿੱਤੀ ਕਰਾ, ਠੀਕ ਹੈ ਕਰਵਾਉਣੀ ਤਾਂ ਸਾਈਡ ਪਰ ਵੀ ਸੀ ਟਾਪੇ ਜੇ, ਪਰ ਉਹ ਸਿੱਧੂ ਮੂਸੇ ਵਾਲੀ ਫੋਟੋ ਬਣਵਾਉਣੀ ਸੀ, ਤੇ ਫਿਰ ਮੈਂ ਕਿਹਾ ਵੀ ਚੱਲ ਛੱਡ ਹਨਾ, ਵੀ ਕਾਹਨੂੰ ਵੀ ਸਿੰਪਲ ਚੀਜ਼ ਨਹੀਂ ਵਧੀਆ ਲੱਗਦੀ, ਬਾਕੀ ਆਹ ਚੀਜ਼ਾਂ ਕਰਵਾਈਆਂ ਹੋਣ, ਆਹ ਵੀ ਘੈਂਟ ਹੋ ਗਿਆ, ਆਹ ਵੀ ਸਮੋਕੀ ਕਰਵਾਤੀ ਤੇ ਆਹ ਕਰਵਾਤੀ, ਚੱਲ ਚੱਲ ਫਿਰ ਹਨੇਰਾ ਹੋ ਜਾਣਾ, ਵਲੌਗ ਨਹੀਂ ਪੈਣਾ ਯਾਰ, ਕੱਲ ਸੁਣ ਟੈਂਕੀ ਛੋਟੀ ਹੈ, ਉਹ ਨਹੀਂ ਯਾਰ ਰਹਿਣ ਦੇ, ਹੱਥ ਕਿਹੋ ਜਿਹੇ ਕਿਹੋ ਜਿਹੇ ਹੱਥ ਲੱਗਦੇ, ਉਹ ਵੀ ਤਾਂ ਦੇਖ 36 ਤਰ੍ਹਾਂ ਦੇ ਹੱਥ ਲੱਗਦੇ, ਲਓ ਵੀ ਮਿੱਤਰੋ ਟੇਪ ਟੂਪ ਕਰਾ ਕੇ ਆ ਗਏ, ਠੀਕ ਹੈ ਬਾਕੀ ਹੁਣ ਇੱਕ ਅੱਧੇ ਦਿਨ ਤੱਕ ਇਹਦੀ ਵੀ ਮੋਟਰਸਾਈਕਲ ਦੀ ਬਾਰੀ, ਤੇ ਬਾਕੀ ਅੱਜ ਦਾ ਵਲੋਗ ਕਰਦੇ ਆ ਮਿੱਤਰੋ ਇੱਥੇ ਐਂਡ, ਠੀਕ ਹੈ ਹਨੇਰਾ ਹੋ ਜਾਂਦਾ ਏ, ਤੁਹਾਨੂੰ ਪਤਾ 7 ਵਜੇ ਹਨੇਰਾ 7 ਵਜੇ ਹੋ ਜਾਂਦਾ, ਠੀਕ ਹੈ ਬਾਕੀ ਅੱਜ ਦਾ ਵਲੋਗ ਕਰਦੇ ਇੱਥੇ ਐਂਡ, ਮਿਲਦੇ ਨਵੇਂ ਵਲੋਗ ਦੇ ਵਿੱਚ, ਬਾਕੀ ਹੁਣ ਰੈਗੂਲਰ ਵਲੋਗ ਕਰਦੇ ਹਾਂ ਕੋਸ਼ਿਸ਼, ਠੀਕ ਹੈ।